ਜਗਮੋਹਨ ਸਿੰਘ ਪੱਟੀ ਐਡਵੋਕੇਟ, ਅੱਜ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਦੇ ਵਿੱਚ ਇੱਕ ਐਸੀ ਗੱਲ ਕਰਨ ਜਾ ਰਿਹਾ ਹੈ ਕਿ ਜਿਨ੍ਹਾਂ ਗੱਲਾਂ ਨੂੰ ਦੇਖ ਕੇ ਮਨ ਦੁਖੀ ਹੁੰਦਾ। ਇੱਕ ਪਾਸੇ ਸਾਡੀ ਪੰਜਾਬ ਸਰਕਾਰ ਇਨਵੈਸਟ ਇਨ ਇੰਡੀਆ, ਬੈਸਟ ਇਨ ਇੰਡੀਆ ਦੀ ਗੱਲ ਕਰਦੀ ਹੈ, ਭਾਰਤ ਸਰਕਾਰ ਦੀ ਲੀਹ ਦੇ ਉੱਤੇ ਚੱਲਦੀ ਹੋਈ ਇਨਵੈਸਟ ਇਨ ਪੰਜਾਬ, ਬੈਸਟ ਇਨ ਪੰਜਾਬ, ਇੱਦਾਂ ਦੇ ਨਾਅਰੇ ਦਿੱਤੇ ਜਾਂਦੇ ਆ। ਪ੍ਰੋਗਰੈਸਿਵ ਪੰਜਾਬ ਅਕਾਲੀਆਂ ਅਤੇ ਬਾਦਲਾਂ ਨੇ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਨਾਅਰੇ ਦਿੱਤੇ ਸੀ, ਲੇਕਿਨ ਪਿਛਲੇ 15 ਸਾਲ ਦੇ ਵਿੱਚ ਇਹ ਇੱਕ ਤੁਹਾਡੇ ਲਈ ਬੜੀ ਸਨਸਨੀਖੇਜ਼ ਖਬਰ ਹੈ ਕਿ ਪਿਛਲੇ 15 ਸਾਲ ਦੇ ਵਿੱਚ ਸਾਡੇ ਇੱਥੋਂ ਕਿੰਨੇ ਇੰਡਸਟਰੀਅਲਿਸਟ ਵੀਰ ਜਾਂ ਭੈਣਾਂ ਜਿਹੜੇ ਨੇ ਉਹ ਇੱਥੋਂ ਕੰਮ ਛੱਡ ਕੇ ਦੂਜੀਆਂ ਸਟੇਟਾਂ 'ਚ ਚਲੇ ਗਏ ਨੇ, ਭਾਵੇਂ ਉਹ ਗੁਜਰਾਤ ਹੈ ਅਤੇ ਭਾਵੇਂ ਉਹ ਹਿਮਾਚਲ ਹੈ ਅਤੇ ਭਾਵੇਂ ਉਹ ਹਰਿਆਣਾ ਹੈ, ਗਏ ਪੰਜਾਬ ਵਿੱਚੋਂ ਨੇ। ਹੁਣ ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਾ, ਹੈਗਾ ਉਹ ਵੀ ਭਾਵੇਂ ਪੰਜਾਬ ਦਾ ਹਿੱਸਾ, ਲੇਕਿਨ ਉਹ ਜਿਹੜੀ ਕਮਾਈ ਕਰਦੇ ਸਨ ਉਹ ਇੱਕ ਪੰਜਾਬ ਦਾ ਰੈਵਨਿਊ ਸੀਗਾ। ਉਹ ਜਿਹੜੀ ਜੋ ਵੀ ਐਂਟਰਪ੍ਰੀਨਿਓਰਸ਼ਿਪ ਕਰਦੇ ਸਨ ਉਹ ਉਹਨਾਂ ਦਾ ਜਿਹੜਾ ਹਿੱਸਾ ਸੀ ਕਿਸ ਚੀਜ਼ ਦਾ ਸੀ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਬੱਚਿਆਂ ਨੂੰ, ਪੰਜਾਬ ਦੇ ਯੂਥ ਨੂੰ ਇੱਕ ਜਿਹੜੀ ਹੈ ਸਾਂਝ ਮਿਲਦੀ ਸੀ, ਐਮਪਲਾਇਮੈਂਟ ਨਾਲ ਰੁਜ਼ਗਾਰ ਮਿਲਦਾ ਸੀ। ਹੁਣ ਜਿਹੜਾ ਰੁਜ਼ਗਾਰ ਬੱਚੇ ਲੱਭਣ ਦੀ ਖਾਤਰ ਕਈਆਂ ਨੂੰ ਰੁਜ਼ਗਾਰ ਦੇ ਗਏ ਇਮੀਗ੍ਰੇਸ਼ਨ ਫਰਮਸ, ਇਮੀਗ੍ਰੇਸ਼ਨ ਫਰਮਸ ਜਿਹੜੀਆਂ ਕਿੰਨੇ ਧੋਖੇ ਕਰਦੀਆਂ, ਕਿੰਨੇ ਤੁਹਾਡੇ ਸਾਹਮਣੇ ਆਉਂਦੇ ਹੈ ਔਰ ਇੰਨੀ ਲੁੱਟ ਕਸੁੱਟ ਦਾ ਆਲਮ ਹੈ ਕਿ ਕਈ ਈਵਨ ਸਾਡੀਆਂ ਧੀਆਂ ਭੈਣਾਂ ਦੇ ਨਾਲ ਇਮੀਗ੍ਰੇਸ਼ਨ ਦੇ ਏਜੰਟਾਂ ਨੇ ਸ਼ੋਸ਼ਣ ਵੀ ਕੀਤਾ, ਸਰੀਰਕ ਸ਼ੋਸ਼ਣ, ਹਾਂਜੀ ਸਰੀਰਕ ਸ਼ੋਸ਼ਣ ਵੀ ਕੀਤਾ। ਔਰ ਇਹਦੇ ਵਿੱਚ ਜਿਹੜੀ ਪੁਲਿਸ ਹੈ ਉਹਨੇ ਕਦੀ ਵੀ ਕੋਈ ਹਿੱਸਾ ਪੱਤੀ ਜਾਂ ਕੁਛ ਵੀ ਜਿਹੜਾ ਰੱਖਣ ਤੋਂ ਬਿਨਾਂ ਕੁਛ ਨਹੀਂ ਕੀਤਾ, ਤੁਹਾਡੇ ਲਈ ਕੀਤਾ ਹੀ ਕੁਛ ਨਹੀਂ। ਪੁਲਿਸ, ਜੇ ਇਹ ਕਿਹਾ ਜਾਏ ਕਿ ਪੁਲਿਸ ਦੀ ਨਿਗਰਾਨੀ ਜਿਹੜੀ ਹੈ ਹੋਣੀ ਜ਼ਰੂਰੀ ਹੈ, ਅਤੇ ਇਹ ਇੱਕ ਚੰਗੀ ਗੱਲ ਹੈ, ਹੋਣੀ ਵੀ ਚਾਹੀਦੀ ਹੈ। ਹਰ ਇੱਕ ਪੁਲਿਸ ਵਾਲੇ ਨੂੰ ਅਸੀਂ ਉਂਗਲ ਉਠਾ ਕੇ ਇਹ ਨਹੀਂ ਕਹਿ ਸਕਦੇ ਕਿ ਇਹ ਚੰਗਾ ਨਹੀਂ। ਪੁਲਿਸ ਵਾਲਿਆਂ ਦੇ ਵਿੱਚ ਚੰਗਿਆਂ ਦੀ ਵੀ ਕੋਈ ਕਮੀ ਨਹੀਂ ਅਤੇ ਦੂਜਿਆਂ ਦੀ ਵੀ ਕੋਈ ਕਮੀ ਨਹੀਂ, ਲੇਕਿਨ ਬਦਨਾਮ ਜਿਹੜੇ ਥੋੜ੍ਹੇ ਜਿਹੇ ਲੋਕ ਹੁੰਦੇ ਨੇ, ਕੁਛ ਚੰਦ ਲੋਕ ਹੁੰਦੇ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਰੀ ਜਿਹੜੀ ਸਾਡੀ ਪੁਲਿਸ ਫੋਰਸ ਹੈ ਹਿੰਦੁਸਤਾਨ ਦੀ, ਪੰਜਾਬ ਦੀ ਨਹੀਂ ਕਹਿ ਰਿਹਾ, ਹਿੰਦੁਸਤਾਨ ਦੀ, ਉਹ ਬਦਨਾਮ ਹੁੰਦੀ ਹੈ। ਕਿਵੇਂ ਬਦਨਾਮ ਹੁੰਦੀ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ। ਖੱਟੜ ਸਾਹਿਬ ਮਨੋਹਰ ਲਾਲ ਜਿਹੜੇ ਨੇ ਉਹ ਹਰਿਆਣਾ ਦੇ ਮੁੱਖ ਮੰਤਰੀ ਨੇ। ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਵੀ ਉੱਥੇ ਜਿਹੜਾ ਪੁਲਿਸ ਥਾਣੇ ਜਿਹੜੇ ਨੇ ਮਹਿਲਾਵਾਂ ਦੇ ਵੀ ਖੋਲ੍ਹੇ ਗਏ ਨੇ, ਜਿਨ੍ਹਾਂ ਨੇ ਮਹਿਲਾ ਪੁਲਿਸ ਥਾਣੇ ਖੋਲ੍ਹ ਕੇ ਇੱਕ ਚੰਗਾ ਯਤਨ ਉਪਰਾਲਾ ਤਾਂ ਜ਼ਰੂਰ ਕੀਤਾ ਹੋ ਸਕਦਾ, ਲੇਕਿਨ ਉਹਦੀ ਜਿਹੜੀ ਸਫਲਤਾ ਜਾਂ ਅਸਫਲਤਾ ਉਹ ਮੋਰਥਲ ਗੈਂਗ ਰੇਪ ਦੇ ਵਿੱਚ ਜਿਹੜੀ ਹੈ ਛੁਪੀ ਹੋਈ ਹੈ। ਉਸ ਤੋਂ ਬਾਅਦ ਕਿੰਨੇ ਹੋਰ ਗੈਂਗ ਰੇਪ ਨੇ ਜਾਂ ਧੀਆਂ ਦੇ ਰੇਪ ਨੇ ਹਰਿਆਣਾ ਦੇ ਵਿੱਚ, ਜਿਨ੍ਹਾਂ ਦੀ ਕਦੇ ਕੋਈ ਵੀ FIR ਤੱਕ ਨਹੀਂ ਦਰਜ ਹੋਈ। ਹਾਂਜੀ ਇਹ ਮੈਂ ਤੁਹਾਨੂੰ ਠੀਕ ਗੱਲ ਕਹਿ ਰਿਹਾ। ਔਰ ਜੇ ਅੱਜ ਤੁਸੀਂ ਇਹ ਇੱਕ ਸਿਰਫ ਛੋਟੀ ਜਿਹੀ ਇੱਕ ਇਨਫੋਰਮੇਸ਼ਨ ਮੰਗ ਲਓ ਹਰਿਆਣਾ ਦੇ ਲੋਕਾਂ ਤੋਂ, ਨਹੀਂ ਹਰਿਆਣਾ ਦੇ ਲੋਕਾਂ ਤੋਂ ਬਿਨਾਂ ਜਿਹੜੀ ਹੈ ਹਰ ਪਿੰਡ ਹਰ ਸ਼ਹਿਰ ਤੋਂ ਮੰਗ ਲਓ ਹਰਿਆਣਾ ਦੇ ਵਿੱਚ ਜਿਹੜੇ ਨੇ, ਅਤੇ ਤੁਹਾਨੂੰ ਕਈ ਕੰਪਲੇਂਟਾਂ ਐਸੀਆਂ ਨੇ ਜਿਹਦੇ ਬਾਰੇ ਇਹ ਕਿਹਾ ਜਾਏਗਾ ਵੀ ਅਸੀਂ ਕੰਪਲੇਂਟ ਤਾਂ ਦਿੱਤੇ ਸੀ, ਅਜੇ ਤੱਕ ਕੋਈ ਇਹਦੇ 'ਤੇ ਫੈਸਲਾ ਨਹੀਂ ਹੋਇਆ। ਹੁਣ ਗੱਲ ਜ਼ਿਆਦਾ ਅੱਗੇ ਨਹੀਂ ਜਾਣੀ ਚਾਹੀਦੀ, ਗੱਲ ਇੱਥੋਂ ਤੱਕ ਹੀ ਰਹਿਣੀ ਚਾਹੀਦੀ ਹੈ ਕਿ ਮਹਿਲਾਵਾਂ ਦੇ ਨਾਲ ਹੀ ਇਹ ਖਿਲਵਾੜ ਕਿਉਂ ਹੁੰਦਾ। ਮਹਿਲਾਵਾਂ ਦੇ ਨਾਲ ਖਿਲਵਾੜ ਤੋਂ ਇਲਾਵਾ ਹੁਣ ਇਸ ਵੇਲੇ ਖਿਲਵਾੜ ਕਿਹਦੇ ਨਾਲ ਹੋਣ ਲੱਗ ਗਿਆ ਜੇ, ਜਿਹੜੇ ਇੰਡਸਟਰੀਅਲਿਸਟ ਨੇ, ਪੰਜਾਬ ਦੀ ਗੱਲ ਕਰਨ ਲੱਗਿਆ ਹੁਣ ਮੈਂ, ਪੰਜਾਬ ਦੇ ਇੰਡਸਟਰੀਅਲਿਸਟਾਂ ਨਾਲ ਇਹ ਜਿਹੜਾ ਹੈ ਖਿਲਵਾੜ ਸ਼ੁਰੂ ਹੋ ਗਿਆ। ਉਹਨਾਂ ਨੂੰ ਇੱਥੋਂ ਆਪਣਾ ਬਿਜ਼ਨਸ ਵੇਚ ਕੇ ਕਿਉਂ ਜਾਣਾ ਪੈ ਰਿਹਾ, ਕੀ ਕਾਰਨ ਨੇ, ਔਰ ਸਾਡੀ ਪੰਜਾਬ ਸਰਕਾਰ ਦਾ ਇੰਡਸਟਰੀਜ਼ ਡਿਪਾਰਟਮੈਂਟ ਇਹਦੇ ਉੱਤੇ ਚੁੱਪ ਵੱਟ ਕੇ ਕਿਉਂ ਖੜ੍ਹਾ, ਕੀ ਕਾਰਨ ਨੇ? ਇਹ ਕਾਰਨ ਜਿਹੜੇ ਨੇ ਸਿਸਟਮ ਦੇ ਵਿੱਚ ਲੱਭਣ ਲਈ ਪੰਜਾਬ ਸਰਕਾਰ ਨੇ ਕੋਈ ਹੀਲਾ ਵਸੀਲਾ ਜੇ ਕਰੇ ਤਾਂ ਮੇਰਾ ਖਿਆਲ ਹੈ ਕਿ ਇੱਕ ਚੰਗਾ ਅਤੇ ਯੋਗ ਉਪਰਾਲਾ ਹੋਏਗਾ। ਅੱਜ
ਫਿਰੌਤੀਆਂ ਦਾ ਜਿਹੜਾ ਜ਼ਮਾਨਾ ਹੈ ਉਹ ਇੰਨਾ ਇੱਕ ਤੀਬਰ ਜ਼ਮਾਨਾ ਬਣ ਚੁੱਕਾ ਹੈ ਕਿ ਕੁਛ ਲੋਕ ਇਹਦੇ ਵਿੱਚ ਗਲਤਾਨ ਨੇ ਔਰ ਇਹ ਜਿਹੜਾ ਇੱਕ ਇੰਟਰਨੈਸ਼ਨਲ ਫਿਨੋਮਨਾ ਬਣ ਚੁੱਕਾ ਹੈ। ਜੋ ਓਫੈਂਸ ਮੈਂ ਕਈ ਵਾਰੀ ਕਹਿੰਦਾ ਹੁੰਦਾ ਇੰਡੀਆ ਦੇ ਵਿੱਚ ਹੁੰਦੇ ਨੇ, ਅੰਗਰੇਜ਼ਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਜਦੋਂ ਉਹਨਾਂ ਨੇ ਇੰਡੀਅਨ ਪੀਨਲ ਕੋਡ 1860 ਦਾ ਬਣਾਇਆ ਸੀ ਕਿ ਇੱਕ ਇਹ ਵੀ ਓਫੈਂਸ ਹੋ ਸਕਦਾ। ਉਹ ਕਿਉਂ ਨਹੀਂ ਸੀ ਸੋਚਿਆ ਉਹਨਾਂ ਨੇ? ਕਿਉਂਕਿ ਉਹਨਾਂ ਦੀ ਜਿੰਨੀ ਦੂਰਦ੍ਰਿਸ਼ਟੀ ਜਾਂ ਦਿਵ ਦ੍ਰਿਸ਼ਟੀ ਸੀ ਉਸ ਤੋਂ ਅੱਗੇ ਜਿਹੜੇ ਸਾਡੇ ਹਿੰਦੁਸਤਾਨ ਦੇ ਲੋਕ ਨੇ, ਭਾਵੇਂ ਉਹ ਕਿਸੇ ਵੀ ਖਿੱਤੇ ਵਿੱਚੋਂ ਨੇ, ਮੈਂ ਕਿਸੇ ਖਿੱਤੇ ਦਾ ਨਾਂ ਨਹੀਂ ਲੈ ਰਿਹਾ, ਉਹ ਇੰਨੇ ਮਾਹਰ ਨੇ। ਓਫੈਂਸ ਮੈਂ ਕਈ ਵਾਰੀ ਕਹਿੰਦਾ ਹੁੰਦਾ ਓਫੈਂਸ ਜਿਹੜੇ ਨੇ ਅਸੀਂ ਲੋਕ ਕਰਦੇ ਹਾਂ, ਇੰਡੀਅਨ ਲੋਕ ਕਰਦੇ ਹਾਂ ਸਾਡੇ, ਔਰ ਅੰਗਰੇਜ਼ ਤਾਂ ਕਾਨੂੰਨ ਹੀ ਬਣਾਉਂਦੇ ਰਹਿ ਜਾਂਦੇ ਨੇ। ਜੇ ਉਹ ਕਾਨੂੰਨ ਬਣਾਉਂਦੇ ਰਹਿ ਜਾਂਦੇ ਨੇ ਇਸ ਦਾ ਮਤਲਬ ਇਹ ਹੈ ਵੀ ਕਾਨੂੰਨ ਦੇ ਵਿੱਚ ਕਈ ਖਾਮੀਆਂ ਨੇ। ਕਾਨੂੰਨ ਜਨਮ ਲੈਣ ਤੋਂ ਪਹਿਲੇ ਹੀ ਜਿਹੜਾ ਲੰਗੜਾ ਕੀ ਕਰ ਦਿੱਤਾ ਜਾਂਦਾ। ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ, ਅੱਜ ਜੇ ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਤਵੱਜੋ ਦੇਵੇ ਕਿ ਇੱਥੋਂ ਜਿਹੜੇ ਇੰਡਸਟਰੀਲਿਸਟ ਗਏ ਨੇ ਬਾਹਰ, ਉਹਨਾਂ ਨੂੰ ਵਾਪਸ ਕਿਵੇਂ ਲਿਆਉਣਾ ਸਟੇਟ ਦੇ ਵਿੱਚ, ਰੈਵਨਿਊ ਸਟੇਟ ਦਾ ਵਧੇਗਾ, ਸਟੇਟ ਦੇ ਵਿੱਚ ਇੰਪਲਾਇਮੈਂਟ ਵਧੇਗੀ, ਸਟੇਟ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਵਿਦੇਸ਼ ਜਾਣਾ ਘਟੇਗਾ। ਇਹ ਤਿੰਨ ਗੱਲਾਂ ਤਾਂ ਸਿੱਧੀਆਂ ਨੇ। ਇਹਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਵੇ, ਭਾਵੇਂ ਕਿਸੇ ਵੀ ਮਹਿਕਮੇ ਦਾ ਹੋਵੇ, ਭਾਵੇਂ ਮਹਿਕਮਾ ਇੰਡਸਟਰੀ ਹੋਵੇ, ਭਾਵੇਂ ਮਹਿਕਮਾ ਸਰਕਾਰ ਦਾ ਹੋਵੇ, ਭਾਵੇਂ ਮਹਿਕਮਾ ਪੁਲਿਸ ਦਾ ਹੋਵੇ, ਭਾਵੇਂ ਕੋਈ ਵੀ ਮਹਿਕਮਾ ਹੋਵੇ, ਉਸ ਇੰਡਸਟਰੀਸ ਦੀ ਪੂਰੀ ਜਿਹੜੀ ਹੈ ਸੁਰੱਖਿਆ ਕੀਤੀ ਜਾਵੇ, ਉਹਦੀ ਸੁਰੱਖਿਆ ਚੱਕਰੀ ਨੂੰ ਇਸ ਤਰ੍ਹਾਂ ਔਰ ਇਸ ਹਿਸਾਬ ਨਾਲ ਰੱਖਿਆ ਜਾਵੇ ਕਿ ਜੇ ਤੂੰ ਕੋਈ ਵੀ ਸੱਚੀ ਗੱਲ ਦੱਸੀ ਹੈ ਉਹ ਸਾਡੇ ਤਾਂ ਹੀ ਰਹੇਗੀ ਕੌਨਫੀਡੈਂਸ਼ੀਅਲ ਫਾਈਲ 'ਚ, ਲੇਕਿਨ ਜਿਹੜਾ ਐਕਸ਼ਨ ਹੋਏਗਾ ਉਹ ਪਬਲਿਕ ਹੋਏਗਾ। ਔਰ ਇਹ ਪਬਲਿਕ ਐਕਸ਼ਨ ਜੇ ਹੋ ਜਾਂਦਾ ਤਾਂ ਪੰਜਾਬ ਦੀ ਜਿਹੜੀ ਪ੍ਰੋਸਪੈਰਿਟੀ ਹੈ ਕਈ ਗੁਣਾ ਵੱਧ ਜਾਏਗੀ। ਅੱਜ ਪੰਜਾਬ ਨੂੰ ਲਾਲੇ ਪਏ ਹੋਏ ਨੇ ਕਿਸ ਗੱਲ ਦੇ? ਰੈਵਨਿਊ ਹੈ ਨਹੀਂ, ਇੰਪਲਾਇਮੈਂਟ ਹੈ ਨਹੀਂ, ਨਵੇਂ ਤੋਂ ਨਵੇਂ ਚੈਲੇਂਜ ਬਣਦੇ ਜਾ ਰਹੇ ਨੇ ਔਰ ਹਰ ਕੋਈ ਜਿਹੜਾ ਸਮੇਂ ਦੀ ਦੌੜ ਦੇ ਵਿੱਚ ਇਸ ਤਰ੍ਹਾਂ ਦੌੜ ਰਿਹਾ ਪੈਸੇ ਪਿੱਛੇ, ਭਾਵੇਂ ਉਹ ਵਿਦੇਸ਼ ਨੂੰ ਦੌੜ ਕੇ ਨਿਕਲ ਜਾਂਦਾ ਅਤੇ ਭਾਵੇਂ ਉਹ ਨਸ਼ਿਆਂ ਦੀ ਦੌੜ ਵਿੱਚ ਨਿਕਲ ਜਾਂਦਾ ਅਤੇ ਭਾਵੇਂ ਕਿਸੇ ਹੋਰ ਦੌੜ ਹੀ ਨਿਕਲ ਜਾਂਦਾ। ਅਤੇ ਇੱਥੋਂ ਤੱਕ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਜ਼ਮਾਨਾ ਸੀ ਕਿ ਕੋਈ ਜਿਹੜਾ ਪੰਜਾਬ ਤੋਂ ਜਾਂਦਾ ਸੀਗਾ, ਸਿੱਖ ਸਰਦਾਰ ਹੁੰਦਾ ਸੀਗਾ, ਉਹ ਕਿਸੇ ਵੀ ਦੇਸ਼ ਵਿਦੇਸ਼ ਦੇ ਵਿੱਚ ਯਾਤਰਾ ਕਰਦਾ ਸੀ ਜਾਂ ਉੱਥੇ ਰਹਿਣ ਦੀ ਗੱਲ ਕਰਦਾ ਸੀ, ਤਾਂ ਉੱਥੇ ਜਿਹੜੀ ਹੈ ਇੱਕ ਟਰਮ ਹੁੰਦੀ ਹੈ ਮੌਡਗੇਜ। ਉਹ ਮੌਡਗੇਜ ਕੀ ਸੀਗਾ? ਉਸ ਦਾ ਨਾਂ ਦੇਖਦੇ ਸੀ ਇਹ ਬਲਬੀਰ ਸਿੰਘ ਹੈ, ਪਿੱਛੇ ਸਿੰਘ ਲੱਗਾ ਹੋਇਆ। ਉਹਨੂੰ ਉਸੇ ਵੇਲੇ ਉਹਦਾ ਸਾਬਤ ਸੂਰਤ ਹੁਲੀਆ ਦੇਖ ਕੇ ਉਸਨੂੰ ਲੋਨ ਮਿਲ ਜਾਂਦਾ ਸੀ, ਮੌਡਗੇਜ ਮਿਲ ਜਾਂਦਾ ਸੀ, ਘਰ ਵੀ ਕਾਰ ਵੀ ਕਈ ਕੁਛ ਉਹ ਲੈ ਲੈਂਦਾ ਸੀ, 6 ਮਹੀਨੇ ਸਾਲ 2 ਸਾਲ ਦੇ ਵਿੱਚ ਉਹਦੇ ਕੋਲ ਇੰਨਾ ਕੁਛ ਹੋ ਜਾਂਦਾ ਸੀ। ਲੇਕਿਨ ਅੱਜ ਦੀ ਤਰੀਕ ਦੇ ਵਿੱਚ ਇਹ ਫੈਸਿਲਿਟੀ ਨਹੀਂ ਰਹੀ। ਕਿਉਂ? ਕਿਉਂਕਿ ਸਾਡੇ ਭਾਰਤੀਆਂ ਦੀ ਜਿਹੜੀ ਵਿਸ਼ਵ ਨੀਤੀ ਹੈ, ਵਿਸ਼ਵਾਸੀ ਹੈ ਜਿਹੜੀ, ਉਹ ਇੰਨੀ ਇੰਟਰਨੈਸ਼ਨਲ ਲੈਵਲ ਪੱਧਰ 'ਤੇ ਗਿਰ ਚੁੱਕੀ ਹੈ, ਉਸੇ ਤਰ੍ਹਾਂ ਹੀ ਜਿਵੇਂ ਸਾਡੇ ਜਿਹੜੇ ਅਨਪੜ੍ਹ ਜਿਹੜੇ ਨੇ ਪੋਲੀਟੀਸ਼ੀਅਨ, ਉਹਨਾਂ ਨੂੰ ਜਿਹੜਾ ਡਾਕਟਰੇਟ ਦੀ ਡਿਗਰੀ ਪ੍ਰਦਾਨ ਕਰ ਦਿੱਤੀ ਜਾਂਦੀ ਹੈ। ਡਾਕਟਰੇਟ ਦੀ ਡਿਗਰੀ ਪ੍ਰਦਾਨ ਕਰਨੀ ਜਾਂ ਡਾਕਟਰੇਟ ਦੀ ਡਿਗਰੀ ਅਰਨ ਕਰਨੀ, ਇਹ ਆਪਣੇ ਆਪ ਦੇ ਵਿੱਚ ਦੋ ਵੱਡੇ ਸਵਾਲ ਨੇ। ਜਿਹਨੇ 5-7 ਸਾਲ ਲਾ ਕੇ ਡਾਕਟਰੇਟ ਦੀ ਡਿਗਰੀ ਅਰਨ ਕੀਤੀ ਹੈ ਉਸਨੂੰ ਪਤਾ। ਲੇਕਿਨ ਅੱਜ ਇੱਥੇ ਐਡੇ ਵੱਡੇ ਮਹਾਰਥੀ ਨੇ ਜਿਹੜੇ ਅਨਪੜ੍ਹ ਨੇ ਉਹ ਵੀ ਡਾਕਟਰ ਨੇ, ਜਿਵੇਂ ਲਾਲੂ ਪ੍ਰਸ਼ਾਦ ਯਾਦਵ ਦਾ ਜਿਹੜਾ ਬੇਟਾ ਹੈ ਉਸ ਨੂੰ ਡਾਕਟਰੇਟ ਦੇ ਦਿੱਤਾ ਗਿਆ ਔਰ ਕਿਹਾ ਜਾਂਦਾ ਕਿ ਉਹ 10ਵੀਂ ਵੀ ਪਾਸ ਨਹੀਂ। ਅਤੇ ਉੱਥੋਂ ਤੱਕ ਇੱਕ ਗੱਲ ਤੁਹਾਨੂੰ ਹੋਰ ਮੈਂ ਦੱਸ ਦਿੰਦਾ, ਇੱਥੇ ਕਈ ਸਾਡੇ ਮਹਿਕਮੇ ਦੇ ਵਿੱਚ ਪੰਜਾਬ ਦੇ ਨੇ, ਭਾਵੇਂ ਉਹ ਕੋਈ ਵੀ ਮਹਿਕਮੇ ਨੇ, 40-50 ਜਿੰਨੇ ਵੀ ਮਹਿਕਮੇ ਨੇ, ਉਹਦੇ ਵਿੱਚ ਦੌੜ ਲੱਗੀ ਹੋਈ ਹੈ PhD ਕਰਨੀ ਹੈ, ਕਿਉਂਕਿ ਅੱਗੇ ਡਾਕਟਰ ਲਿਖਿਆ ਜਾਏਗਾ, D ਵੱਡਾ ਅਤੇ R ਛੋਟਾ ਅਤੇ ਅੱਗੇ ਫੁੱਲ ਸਟਾਪ। ਨਾਮ ਨਾਲ ਬੜਾ ਚੰਗਾ ਲੱਗਦਾ, ਡਾਕਟਰ ਬਲਬੀਰ ਸਿੰਘ, ਡਾਕਟਰ ਵਿਨੇਪਾਲ, ਡਾਕਟਰ ਸਿਮਰਤੀ,
ਬੜੀਆਂ ਇੱਦਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਖਾਹਿਸ਼ਾਂ ਨੇ, ਲੇਕਿਨ ਉਹਨਾਂ ਖਾਹਿਸ਼ਾਂ ਨੂੰ ਪੂਰਿਆਂ ਕਰਨ ਦੀ ਖਾਤਰ ਕੋਈ ਬੰਦਾ ਜਿਹੜਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਔਰ ਥੀਸਿਸ ਜਿਹੜੇ ਨੇ PhD ਦੇ ਥੀਸਿਸ, ਹਾਂਜੀ ਉਹ ਵਿਕਦੇ ਜੇ। ਇਹ ਜੇ ਸਾਡੀ ਐਜੂਕੇਸ਼ਨ ਵਿਕਦੀ ਹੈ, ਜੇ ਅੱਜ ਸਾਡਾ ਦੇਸ਼ ਦਾ PhD ਪੜ੍ਹਿਆ ਬੱਚਾ ਜਾ ਕੇ ਵਿਦੇਸ਼ਾਂ ਦੇ ਵਿੱਚ ਦੁਬਾਰਾ ਪੇਪਰ ਦਿੰਦਾ, ਅਤੇ ਤੁਹਾਡੀ ਜਿਹੜੀ ਵਿਸ਼ਵਾਸੀ ਐਜੂਕੇਸ਼ਨ ਸਿਸਟਮ ਦੀ ਬਗਲਾਂ ਵਜਾਉਣ ਨਾਲ ਨਹੀਂ ਉੱਪਰ ਥੱਲੇ ਹੋਣੀ, ਤੁਹਾਡੀ ਵਿਧਵਤਾ ਜਿਹੜੀ ਹੈ ਉਹਦੇ ਉੱਤੇ ਸ਼ੱਕ ਕੀਤਾ ਜਾਂਦਾ। ਅੱਜ ਜਿੰਨੀਆਂ ਯੂਨੀਵਰਸਿਟੀਆਂ ਮਸ਼ਰੂਮ ਵਾਂਗੂ, ਖੁੰਬਾਂ ਵਾਂਗੂ ਜਿਹੜੇ ਨਿਕਲਾਈਆਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਜਿਹੜੇ ਨੇ, ਔਰ ਪਹਿਲੇ ਧੜਾਧੜ ਨਿਕਲਾਏ ਸਨ, ਬਿਜ਼ਨਸ ਅਤੇ ਵਪਾਰ ਬਣ ਗਿਆ ਸੀ, ਪੋਲੀਟੀਸ਼ੀਅਨ ਦਾ ਇੱਕ ਇਕਰਾਰ ਬਣ ਗਿਆ ਸੀ ਕਿ ਤੁਹਾਨੂੰ 90% ਮਿਲੇਗੀ, ਉਹਨਾਂ ਨੇ ਵੀ ਇਸ ਵਿਸ਼ਵਸਨੀਅਤ ਨੂੰ, ਇਸ ਵਿਸ਼ਵਾਸੀ ਨੂੰ ਢਾਹ ਲਾਈ ਹੈ। ਜੇ ਉਹਨਾਂ ਨੇ ਢਾਹ ਲਾਈ ਹੈ ਤਾਂ ਇਹ ਸਾਡਾ ਜਿਹੜਾ ਇੰਡੀਅਨ ਕਲਚਰ ਐਂਡ ਸਿਵਲਾਈਜੇਸ਼ਨ ਹੈ ਇਹ ਕਿੱਥੇ ਨੂੰ ਗਿਆ? ਇਹ ਸਵਾਲ ਤੁਹਾਡੇ ਲਈ ਹੈ। ਜੇ ਮੈਂ ਤੁਹਾਨੂੰ ਇੱਥੇ ਇਹ ਕਹਾਂ, ਮੈਨੂੰ ਐਸੇ ਲੋਕਾਂ ਦਾ ਵੀ ਪਤਾ ਹੈ ਜਿਨ੍ਹਾਂ ਨੇ PhD ਦੀ ਡਿਗਰੀ ਲਈ ਹੈ, ਭਾਵੇਂ ਉਹ ਜੁਡੀਸ਼ੀਅਲ ਸਿਸਟਮ ਵਿੱਚ ਨੇ, ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਨੂੰ ਕਹਿਣ ਵਿੱਚ, ਭਾਵੇਂ ਉਹ ਕਿਸੇ ਵੀ ਗੌਰਮੈਂਟ ਡਿਪਾਰਟਮੈਂਟ ਵਿੱਚ ਨੇ, ਭਾਵੇਂ ਉਹ ਮਹਿਕਮਾ ਪੁਲਿਸ ਹੈ, ਭਾਵੇਂ ਉਹ IAS ਆਫੀਸਰਸ ਨੇ, ਭਾਵੇਂ IPS ਆਫੀਸਰਸ ਨੇ, ਉਹਨਾਂ ਨੇ ਜੋ PhD ਦਾ ਥੀਸਿਸ ਸਬਮਿਟ ਕੀਤਾ ਹੈ, ਤੁਸੀਂ ਉਹਨਾਂ ਨੂੰ ਕਹੋ ਵੀ ਇੱਕ ਤੁਹਾਨੂੰ ਆਉਂਦਾ ਹੁੰਦਾ ਸੀ ਕਿਸੇ ਵੇਲੇ ਵੀ ਇਹ ਪ੍ਰੈਸੀ ਹੈ ਅਤੇ ਇਹਦਾ ਤੱਥ ਸਾਰ ਦਿਓ, ਸੈਂਟਰਲ ਆਈਡੀਆ ਦਿਓ, ਵੀ ਆਪਣੇ ਥੀਸਿਸ ਦਾ ਸੈਂਟਰਲ ਆਈਡੀਆ ਜਿਹੜਾ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ। ਤਾਂ ਕੋਈ ਵੀ ਜਿਹੜਾ ਸੋ ਕਾਲਡ PhD ਹੈ, ਜਿਹਨੇ ਡਿਗਰੀ ਖਰੀਦੀ ਹੋਈ ਹੈ, ਉਹ ਤੁਹਾਡੇ ਕੋਲ ਇਸ ਚੀਜ਼ ਨੂੰ ਨਹੀਂ ਦੱਸ ਸਕਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਹਾਨੂੰ ਵੀ ਪਤਾ ਹੈ, ਅਤੇ ਤੁਹਾਡੇ ਆਲੇ ਦੁਆਲੇ ਦੇ ਵਿੱਚ ਕੀ ਹੋ ਰਿਹਾ ਇਹ ਤੁਹਾਨੂੰ ਉਸ ਗੱਲ ਦਾ ਵੀ ਪਤਾ ਹੈ। ਅੱਜ ਜਿਹੜੀ ਹੈ, ਜੇ ਇਹ ਮੈਂ ਕਹਾਂ ਸਾਡੇ ਦੇਸ਼ ਦੇ ਵਿੱਚ ਸਿਸਟਮ ਜਿਹੜਾ ਗਦਾਰਾਂ ਨੇ ਆਕੂਪਾਈ ਕੀਤਾ ਹੋਇਆ, ਜਿਹੜੇ ਆਪਣੇ ਆਪ ਨੂੰ ਨੈਸ਼ਨਲਿਸਟ ਦੱਸਦੇ ਨੇ, ਅਤੇ ਜਿਹੜੇ ਨੈਸ਼ਨਲਿਸਟ ਨੇ ਉਹਨਾਂ ਨੂੰ ਗਦਾਰ ਕਿਹਾ ਜਾਂਦਾ, ਗਦਾਰ ਕਹਿ ਕੇ ਦੁਰਕਾਰਿਆ ਜਾਂਦਾ, ਗਦਾਰ ਕਹਿ ਕੇ ਉਹਨਾਂ ਨੂੰ ਜੇਲ੍ਹਾਂ ਵੀ ਸੁੱਟਿਆ ਜਾਂਦਾ, ਉਹਨਾਂ ਦੀ ਉਮਰ ਦਾ ਤਕਾਜ਼ਾ ਵੀ ਨਹੀਂ ਦੇਖਿਆ ਜਾਂਦਾ, ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੂੰ ਵੀ ਨਹੀਂ ਦੇਖਿਆ ਜਾਂਦਾ ਕਿ ਇਹ ਜਿਹੜਾ ਓਲਡ ਹੈ, ਸਿੱਕ ਹੈ ਜਾਂ ਫਰਮ ਹੈ ਜਾਂ ਕੋਈ ਵੀ ਹੈ, ਇਸ ਦੇ ਮੁਤਾਬਕ ਇਹਨੂੰ ਬੇਲ ਮਿਲਦੀ ਹੈ ਔਰ ਇਹ ਦੇਣੀ ਚਾਹੀਦੀ ਹੈ। ਲੇਕਿਨ ਅਸੀਂ ਇਹਨੂੰ ਬੇਲ ਦੀ ਨੌਬਤ ਕਿਉਂ ਆਉਣ ਦਈਏ, ਅਸੀਂ ਇਹਨੂੰ ਜੇਲ੍ਹ ਵੀ ਸੁੱਟੀਏ ਹੀ ਨਾ। ਇਹ ਜਿਹੜੀਆਂ ਗੱਲਾਂ ਨੇ ਅੱਜ ਤੁਹਾਡੇ ਨਾਲ ਕਰਨੀਆਂ ਜ਼ਰੂਰੀ ਸਨ, ਬਣਦੀਆਂ ਸਨ। ਜੇ ਤੁਸੀਂ ਜੁਡੀਸ਼ੀਅਲ ਸਿਸਟਮ ਵਿੱਚ ਦੇਖ ਲਓ, ਜਿਨ੍ਹਾਂ ਨੇ ਆਪਣੇ ਜਿਹੜੇ PhD ਦੇ ਵੱਡੇ ਵੱਡੇ ਅੱਗੇ ਲਿਖਿਆ ਹੋਇਆ ਡਾਕਟਰ ਫਲਾਣਾ ਫਲਾਣਾ ਅੱਗੇ ਜੋ ਵੀ ਆਪਣਾ ਡੈਜੀਗਨੇਸ਼ਨ ਹੈ ਉਹਨਾਂ ਨੂੰ ਮਿਲਿਆ ਹੋਇਆ, ਤਾਂ ਸਾਡੀ ਮਾਣਯੋਗ ਹਾਈ ਕੋਰਟ ਜਿਹੜੀ ਹੈ ਉਹ ਇਸ ਗੱਲ ਦਾ ਘੱਟੋ ਘੱਟ ਸੰਗਿਆਨ ਜ਼ਰੂਰ ਲਵੇ ਕਿ ਉਹਨਾਂ ਦੀਆਂ ਜਿਹੜੀਆਂ ਜੱਜਮੈਂਟਸ ਨੇ ਉਹ ਉਸੇ ਮੀਲ ਪੱਧਰ ਦੇ ਉੱਤੇ ਸਹੀ ਸਿੱਧ ਹੋ ਰਹੀਆਂ ਨੇ ਜਾਂ ਨਹੀਂ ਸਿੱਧ ਹੋ ਰਹੀਆਂ। ਇਹ ਇੱਕ ਸਵਾਲ ਹੈ। ਜੇ ਉਹ ਨਹੀਂ ਸਿੱਧ ਹੋ ਰਹੀਆਂ ਤਾਂ ਉਹਨਾਂ ਨੇ ਸਰਵਿਸ ਪੀਰੀਅਡ ਦੇ ਦੌਰਾਨ ਜਿਹੜੀ ਹੈ PhD ਕਿਵੇਂ ਹਾਸਲ ਕੀਤੀ, PhD ਦੀ ਜਿਹੜੀ ਉਹਨਾਂ ਨੇ ਕੁਆਲੀਫਿਕੇਸ਼ਨ ਕਿਵੇਂ ਅਕਵਾਇਰ ਕੀਤੀ, ਇਹ ਸਾਡੀਆਂ ਜਿਹੜੀਆਂ ਮਾਣਯੋਗ ਅਦਾਲਤਾਂ ਨੇ ਦੇਸ਼ ਦੀਆਂ, ਉਹ ਆਪਣੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਸਨੇ ਮਾਣਯੋਗ ਸੁਪਰੀਮ ਕੋਰਟ ਦੇ ਇਸ ਗੱਲ ਦਾ ਜਿਹੜਾ ਸੰਗਿਆਨ ਲੈਣ, ਤਾਂ ਕਿ ਸਾਡੇ ਦੇਸ਼ ਦੇ ਐਜੂਕੇਸ਼ਨ ਸਿਸਟਮ ਨਾਲ, ਸਾਡੇ ਦੇਸ਼ ਦੇ ਸਿਸਟਮ ਨਾਲ, ਸਾਡੇ ਦੇਸ਼ ਦੀ ਦੁਰਗਤੀ ਨਾਲ, ਸਾਡੇ ਦੇਸ਼ ਦੇ ਲੋਕਾਂ ਦਾ, ਵੀ ਦੀ ਪੀਪਲ ਆਫ ਇੰਡੀਆ ਦਾ ਜਿਹੜਾ ਬਿਲਕੁਲ ਸਿਹਤਮੰਦ ਰੁਝਾਨ ਰੱਖਿਆ ਜਾਵੇ, ਔਰ ਉਹੀ ਵਿਸ਼ਵਨਤੀ ਔਰ ਵਿਸ਼ਵਾਸੀ ਜਿਹੜੀ ਹੈ ਕਾਇਮ ਹੋਣੀ ਜ਼ਰੂਰੀ ਹੈ। ਜੇ ਇਹ ਕਾਇਮ ਨਹੀਂ ਹੁੰਦੀ, ਜੇ ਕਿਸੇ ਵੀ ਜੱਜ ਦੀਆਂ ਸਟੈਂਡਰਡ ਦੇ ਮੁਤਾਬਕ ਜੱਜਮੈਂਟਾਂ ਨਹੀਂ ਆਉਂਦੀਆਂ, ਉਹਨਾਂ ਨੇ ਵੀ ਅੱਗੋਂ ਕੀ ਕੀਤਾ ਹੋਇਆ, ਬੰਦੇ ਰੱਖੇ ਹੋਏ ਨੇ ਜੱਜਮੈਂਟ ਲਿਖਾਉਣ ਲਈ, ਆਪ ਕੱਖ ਨਹੀਂ ਕਰਨਾ ਕੁਰਨਾ ਉਹਨਾਂ ਨੇ। ਇਹ ਇੱਕ ਸਭ ਤੋਂ ਮਾੜਾ ਰੁਝਾਨ ਹੈ। ਸਰਕਾਰੀ ਦਫ਼ਤਰਾਂ ਦੇ ਵਿੱਚ ਅੱਜ ਦਾ ਰੁਝਾਨ ਇਹ ਹੈ, ਬੰਦੇ ਘਰ ਬੈਠ ਕੇ ਤਨਖਾਹਾਂ ਲੈ ਰਹੇ ਨੇ, ਔਰ ਜਿਹੜਾ ਵੀ ਹੈ ਜੋ ਉਹਨਾਂ ਦੀ ਡਿਊਟੀ ਹੈ ਸੀਟ ਦੇ ਉੱਤੇ ਉਹ ਅਵੇਲੇਬਲ ਹੀ ਨਹੀਂ ਬਣਦਾ। ਫਿਰ ਅੱਜ ਇਹ ਕਿਹਾ ਜਾਂਦਾ ਵੀ RTI ਦਾ ਜਿਹੜਾ ਕਾਨੂੰਨ ਹੈ, ਰਾਈਟ ਟੂ ਇਨਫੋਰਮੇਸ਼ਨ ਦਾ ਜਿਹੜਾ ਕਾਨੂੰਨ ਹੈ, ਉਸ ਨੇ ਸਾਨੂੰ ਥਾਂ ਮਾਰ ਦਿੱਤਾ, ਸਾਨੂੰ ਖਲੋਣ ਨਹੀਂ ਦਿੰਦੇ ਲੋਕ, ਸਾਡੇ 'ਤੇ ਅਰਜ਼ੀਆਂ ਦਿੰਦੇ ਨੇ। ਮੈਂ ਤੁਹਾਨੂੰ ਐਸੇ ਵੀ ਦੱਸ ਸਕਦਾ
ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ ਉਹਦੇ ਉੱਤੇ ਕਿੰਨੀਆਂ ਅਰਜ਼ੀਆਂ ਲੱਗੀਆਂ ਹੋਈਆਂ। ਜੇ ਮੈਂ ਇਹ ਕਹਾਂ ਤਕਰੀਬਨ 100 ਨੂੰ ਹੱਥ ਲੱਗਣ ਵਾਲਾ, ਔਰ ਸਟੇਟ ਇਨਫੋਰਮੇਸ਼ਨ ਕਮਿਸ਼ਨ ਪੰਜਾਬ ਦੇ ਵਿੱਚ ਉਹਦੀਆਂ ਅਪੀਲਾਂ ਨੇ, ਅਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਇੱਕ ਸਭ ਤੋਂ ਵੱਡੀ ਮਿਊਂਸਪਲ ਕਾਰਪੋਰੇਸ਼ਨ ਹੈ, ਉਹ ਆਪਣੇ ਟਾਈਮ ਦੇ ਉੱਤੇ 30 ਦਿਨਾਂ ਦੇ ਵਿੱਚ ਜੇ ਇਨਫੋਰਮੇਸ਼ਨ ਨਹੀਂ ਦੇ ਸਕਦੀ, ਇਨਫੋਰਮੇਸ਼ਨ ਜਿੰਨੇ ਲੈਣੀ ਹੈ ਉਸ ਨੂੰ, ਤਾਂ ਫਿਰ ਉਹ ਜੁਰਮਾਨੇ ਜਿਹੜੇ ਨੇ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ 2 ਕਰੋੜ ਤੋਂ ਉੱਤੇ ਦੇ ਜੁਰਮਾਨੇ ਜਿਹੜੇ ਨੇ ਉਹ ਪਬਲਿਕ ਇਨਫੋਰਮੇਸ਼ਨ ਆਫਿਸਰਸ ਦੇ ਉੱਤੇ ਲੱਗੇ ਹੋਏ ਨੇ, ਔਰ ਅਜੇ ਤੱਕ ਉਹ ਪੇ ਨਹੀਂ ਹੋ ਰਹੇ। ਔਰ ਹਰਿਆਣਾ ਸਰਕਾਰ ਜਿਹੜੀ ਉਹਦੇ 'ਤੇ ਪਾਲਸੀ ਬਣਾਉਂਦੀ ਪਈ, ਜੇ ਪਾਲਸੀਆਂ ਬਣਾਓਗੇ ਤੁਸੀਂ ਤਾਂ ਪਾਲਸੀਆਂ ਨੂੰ ਇੰਪਲੀਮੈਂਟ ਕਿੰਨੇ ਕਰਨਾ? ਜੇ ਇਹ ਇੰਪਲੀਮੈਂਟ ਹੀ ਨਹੀਂ ਹੋਣੀਆਂ ਪਾਲਸੀਆਂ, ਤਾਂ ਇਸ ਸਿਸਟਮ ਦਾ ਜਿਹੜਾ ਕੋਲੈਪਸ ਹੈ, ਇਸ ਦੇ ਲਈ ਕੌਣ ਭਾਗੀਦਾਰ ਹੈ? ਸੋ ਕਾਲਡ ਗਦਾਰ ਜਾਂ ਸੋ ਕਾਲਡ ਨੈਸ਼ਨਲਿਸਟ, ਇਹ ਤੁਹਾਡੇ ਹੱਥ 'ਚ ਫੈਸਲਾ। ਅੱਜ ਗੱਲਾਂ ਇੰਨੀਆਂ ਹੀ, ਇਸ ਗੱਲ ਦੇ ਉੱਤੇ ਮੇਰੀ 'ਤੇ ਜ਼ਰੂਰ ਵਿਚਾਰ ਕਰਨਾ, ਮੈਨੂੰ ਫੀਡਬੈਕ ਦੇਣਾ, ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਇਸ ਨੂੰ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ, ਤਾਂ ਕਿ ਮੈਂ ਤੁਹਾਡੇ ਨਾਲ ਨਵੀਆਂ ਗੱਲਾਂ ਕਰਦਾ ਰਹਾਂ, ਦੇਸ਼ ਦੀ ਏਕਤਾ, ਦੇਸ਼ ਦੇ ਹਿੱਤ ਵਿੱਚ ਗੱਲਾਂ ਕਰਦਾ ਰਹਾਂ। ਮੇਰੀ ਇਹੀ ਕਾਮਨਾ, ਮੇਰਾ ਦੇਸ਼ ਵਧੇ ਅਤੇ ਫੁੱਲੇ।